ਹਾਂਜੀ, ਸਵਾਗਤ ਹੈ ਜੀ ਤੁਹਾਡਾ ਇਸ ਕਲਾਸ ਦੇ ਵਿੱਚ। ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂਗੇ ਭਾਰਤੀ ਸੰਵਿਧਾਨ ਦੇ ਅੰਗ, ਜੋ ਕਿ ਆਪਣੇ ਪੀਟ ਪਲੱਸ ਬੀ, SSC ਜਾਂ ਫਿਰ ਪੰਜਾਬ ਪੁਲਿਸ ਦੇ ਪੇਪਰਾਂ ਲਈ ਬਹੁਤ ਜ਼ਰੂਰੀ ਹੈਗੇ। ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇੱਕ ਕੰਮ ਕਰਨਾ ਹੈਗਾ, ਇਸ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈਗਾ। ਅਤੇ ਹੁਣ ਆਪਾਂ ਜਾਣਦੇ ਹਾਂ ਜੋ ਕਿ ਭਾਰਤੀ ਸੰਵਿਧਾਨ ਦੇ ਅੰਗ ਨੇ ਉਹਨਾਂ ਦੇ ਬਾਰੇ। ਚੱਲਦੇ ਜੀ ਪਹਿਲੀ ਸਲਾਈਡ ਦੇ ਉੱਪਰ। ਤਾਂ ਪਹਿਲੀ ਸਲਾਈਡ ਦੇ ਵਿੱਚ ਆ ਗਏ ਭਾਰਤੀ ਸੰਵਿਧਾਨ ਦੇ ਅੰਗ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਭਾਗ ਇੱਕ ਦੀ। ਇਹਦੇ ਵਿੱਚ ਕੀ ਹੈਗਾ, ਭਾਰਤੀ ਸੰਘ ਅਤੇ ਇਸਦਾ ਖੇਤਰ ਹੈਗਾ। ਆਰਟੀਕਲ ਕਿਹੜੇ ਕਿਹੜੇ ਆਉਂਦੇ ਨੇ, 1 ਤੋਂ ਲੈ ਕੇ 4 ਤੱਕ ਇਹਦੇ ਆਰਟੀਕਲ ਨੇ। ਇਹਦੇ ਦੱਸਿਆ ਹੋਇਆ ਵੀ ਭਾਰਤ ਅਤੇ ਇਸਦੇ ਖੇਤਰ ਕਿੰਨੇ ਨੇ, ਸਾਰਾ ਕੁਛ ਭਾਗ ਪਹਿਲੇ ਦੇ ਵਿੱਚ ਆ ਜਾਂਦਾ ਹੈਗਾ, ਆਰਟੀਕਲ 1 ਤੋਂ ਲੈ ਕੇ 4 ਦੇ ਤੱਕ। ਨੈਕਸਟ ਹੈਗਾ ਭਾਗ ਦੂਜਾ, ਇਹਦੇ ਵਿੱਚ ਨਾਗਰਿਕਤਾ ਆ ਗਈ, ਜੋ ਕਿ ਆਪਣੇ ਭਾਰਤ ਦੇ ਵਾਸੀ ਨੇ ਉਹਨਾਂ ਦੇ ਬਾਰੇ ਕੁਝ ਸ਼ਰਤਾਂ ਹੁੰਦੀਆਂ ਨੇ, ਉਹ ਆਪਣੇ ਭਾਗ ਦੂਜੇ ਦੇ ਵਿੱਚ ਆ ਗਿਆ। ਇਹਦੇ ਆਰਟੀਕਲ ਨੇ 5 ਤੋਂ ਲੈ ਕੇ 11 ਦੇ ਤੱਕ। ਇਸਦੇ ਵਿੱਚ ਸ਼ਰਤਾਂ ਦਿੱਤੀਆਂ ਹੋਈਆਂ ਨੇ ਵੀ ਕਿਸ ਤਰ੍ਹਾਂ ਕੋਈ ਵੀ ਵਿਅਕਤੀ ਭਾਰਤ ਦਾ ਨਾਗਰਿਕ ਬਣ ਸਕਦਾ ਹੈਗਾ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਭਾਗ ਤੀਜੇ ਦੀ। ਭਾਗ ਤੀਜੇ ਦੇ ਵਿੱਚ ਮੌਲਿਕ ਅਧਿਕਾਰ ਨੇ ਜੋ ਕਿ ਭਾਰਤ ਵਾਸੀਆਂ ਨੂੰ ਮਿਲੇ ਹੋਏ ਨੇ, ਜਿਸ ਨਾਲ ਉਹ ਭਾਰਤ ਦੇ ਵਿੱਚ ਸੁਰੱਖਿਅਤ ਰਹਿ ਸਕਦਾ। ਇਹ ਨੇ 12 ਤੋਂ ਲੈ ਕੇ 35 ਤੱਕ। ਇਸਦੇ ਵਿੱਚ ਜੋ ਕਿ ਵਿਅਕਤੀ ਭਾਰਤ ਦੇ ਵਿੱਚ ਰਹਿੰਦਾ ਹੈਗਾ, ਉਸਦਾ ਰਹਿਣ ਸਹਿਣ ਜਾਂ ਕੋਈ ਉਹ ਧਰਮ ਅਪਣਾਉਂਦਾ ਹੈਗਾ, ਜਾਂ ਉਸਦੇ ਲਈ ਕੋਈ ਸੁਰੱਖਿਆ ਹੈਗੀ, ਜਾਂ ਉਹ ਕੋਈ ਜੁਰਮ ਕਰਦਾ ਉਹਦੇ ਲਈ ਕਾਨੂੰਨ ਬਣਿਆ ਹੋਇਆ, ਨਿਆਂ ਹੋ ਗਿਆ ਉਸਦਾ, ਇਹ ਸਭ ਕੁਛ ਕੀ ਆ ਜਾਂਦਾ ਹੈਗਾ ਭਾਗ ਤੀਜੇ ਦੇ ਵਿੱਚ ਮੌਲਿਕ ਅਧਿਕਾਰਾਂ ਦੇ ਵਿੱਚ ਆ ਜਾਂਦਾ ਹੈਗਾ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਭਾਗ ਚੌਥਾ। ਭਾਗ ਚੌਥੇ ਦੇ ਵਿੱਚ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਆ ਗਏ, ਜੋ ਕਿ ਆਪਾਂ ਨੂੰ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰ ਮਿਲੇ ਹੋਏ ਨੇ, ਉਹ ਪਾਰਟ ਜਾਂ ਕਲੀਏ ਭਾਗ ਚੌਥੇ ਦੇ ਵਿੱਚ ਰਾਜਨੀਤੀ ਨਿਰਦੇਸ਼ਾਂ ਸਿਧਾਂਤ ਦੇ ਵਿੱਚ ਉਹ ਸੁਰੱਖਿਅਤ ਕੀਤੇ ਗਏ ਨੇ। ਇਹਦੇ ਵਿੱਚ ਆਰਟੀਕਲ ਆ ਜਾਂਦੇ ਨੇ 37 ਤੋਂ ਲੈ ਕੇ 51 ਤੱਕ। ਨੈਕਸਟ ਆਪਾਂ ਗੱਲ ਕਰਾਂਗੇ ਭਾਗ ਚੌਥਾ ਏ ਦੇ ਵਿੱਚ। ਭਾਗ ਚੌਥੇ ਏ ਦੇ ਵਿੱਚ ਨਾਗਰਿਕਾਂ ਦੇ ਬੁਨਿਆਦੀ ਫਰਜ਼ ਆ ਗਏ, ਜੋ ਕਿ ਉਸਦੇ ਫਰਜ਼ ਬਣਦੇ ਨੇ ਵੀ ਭਾਰਤ ਨੂੰ ਆਪਣੇ ਆਲੇ ਦੁਆਲੇ ਨੂੰ ਉਹ ਸੁਰੱਖਿਅਤ ਰੱਖਣ, ਕੋਈ ਜੁਰਮ ਨਾ ਕਰਨ। ਇਹਦੇ ਵਿੱਚ ਆ ਜਾਂਦਾ ਇਹ 51A ਆਰਟੀਕਲ ਦੇ ਵਿੱਚ ਆ ਜਾਂਦੇ ਨੇ। ਭਾਗ ਚੌਥਾ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ, ਇਹ ਕਈ ਵਾਰ ਪਿਛਲੇ ਜੋ ਇਗਜ਼ਾਮ ਹੋਏ ਨੇ ਉਹਨਾਂ ਦੇ ਵਿੱਚ ਕਈ ਵਾਰ ਇਹ ਰਿਪੀਟ ਹੋਇਆ ਹੈ ਕੁਐਸਚਨ, ਵੀ ਜੋ ਕਿ ਨਾਗਰਿਕਾਂ ਦੇ ਬੁਨਿਆਦੀ ਫਰਜ਼ ਹੁੰਦੇ ਨੇ ਉਹ 51A ਆਰਟੀਕਲ ਦੇ ਵਿੱਚ ਨੇ, ਇਹ ਯਾਦ ਰੱਖੋ ਤੁਸੀਂ। ਨੈਕਸਟ ਆਪਾਂ ਗੱਲ ਕਰਾਂਗੇ ਭਾਗ ਪੰਜਵੇਂ ਦੀ। ਇਹਦੇ ਵਿੱਚ ਕੇਂਦਰ ਸਰਕਾਰ ਦੇ ਬਾਰੇ ਆ ਜਾਂਦਾ ਹੈਗਾ, ਇਹਦੇ ਵਿੱਚ ਆਰਟੀਕਲ ਨੇ 52 ਤੋਂ ਲੈ ਕੇ 151 ਤੱਕ। ਨੈਕਸਟ ਚੱਲਦੇ ਹੈਗੇ, ਨੈਕਸਟ ਆ ਗਿਆ ਭਾਗ ਛੇ। ਭਾਗ ਛੇ ਰਾਜ ਸਰਕਾਰ ਦੇ ਨਾਲ ਸੰਬੰਧਿਤ ਹੈਗਾ, ਇਹਦੇ ਵਿੱਚ ਆਰਟੀਕਲ ਆ ਜਾਂਦੇ ਨੇ 152 ਤੋਂ ਲੈ ਕੇ 237 ਦੇ ਤੱਕ। ਨੈਕਸਟ ਆ ਗਿਆ ਭਾਗ ਸੱਤਵਾਂ। ਭਾਗ ਸੱਤਵਾਂ ਸੰਵਿਧਾਨ ਦੇ ਵਿੱਚੋਂ ਇਹ ਕੱਢ ਦਿੱਤਾ ਗਿਆ ਹੈਗਾ, ਇਹਦਾ ਆਰਟੀਕਲ ਸੀਗਾ 238, ਜੋ ਕਿ ਹੁਣ ਨਹੀਂ ਰਿਹਾ ਹੈਗਾ। ਤੁਸੀਂ ਦੱਸਣਾ ਵੀ ਕਿਹੜੀ ਅਮੈਂਡਮੈਂਟ ਹੋਈ ਸੀਗੀ ਜਿਸ ਦੇ ਵਿੱਚ ਭਾਗ ਸੱਤਵਾਂ ਸੰਵਿਧਾਨ ਦੇ ਵਿੱਚੋਂ ਕੱਟ ਕੇ ਕਿਸੇ ਹੋਰ ਭਾਗ ਦੇ ਵਿੱਚ ਚਲਾ ਗਿਆ। ਤੁਸੀਂ ਇਹ ਕਮੈਂਟ ਦੇ ਵਿੱਚ ਦੱਸਣਾ ਵੀ ਕਿਹੜਾ ਸੰਵਿਧਾਨ ਸੋਧਨ ਹੋਇਆ ਸੀਗਾ ਅਤੇ ਕਿਹੜੇ ਆਰਟੀਕਲ ਦੇ ਵਿੱਚ ਹੁਣ ਇਹ ਚਲਾ ਗਿਆ ਹੈਗਾ। ਨੈਕਸਟ ਆਪਾਂ ਗੱਲ ਕਰਦੇ ਹਾਂਗੇ ਭਾਗ ਅੱਠਵੇਂ ਦੀ। ਭਾਗ ਅੱਠਵੇਂ ਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਆ ਗਏ ਕਿ ਭਾਰਤ ਦੇ ਵਿੱਚ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ, ਉਹਨਾਂ ਦੇ ਨਾਮ ਵਗੈਰਾ। ਇਹਦੇ ਵਿੱਚ ਆਰਟੀਕਲ ਆ ਜਾਂਦੇ ਨੇ 239 ਤੋਂ ਲੈ ਕੇ 242 ਦੇ ਤੱਕ।
ਨੈਕਸਟ ਆਪਾਂ ਗੱਲ ਕਰਾਂਗੇ ਭਾਗ ਨੌਵੀਂ ਦੀ। ਇਹਦੇ ਵਿੱਚ ਭਾਗ ਨੌ ਦੇ ਵਿੱਚ ਆ ਜਾਂਦਾ ਗਾ ਪੰਚਾਇਤਾਂ ਦੇ ਬਾਰੇ, 243 ਤੋਂ ਲੈ ਕੇ 243 ਓ ਦੇ ਤੱਕ ਇਹਦੇ ਆਰਟੀਕਲ ਆ ਜਾਂਦੇ ਨੇ। ਨੈਕਸਟ ਆਪਾਂ ਗੱਲ ਕਰਾਂਗੇ ਭਾਗ 9A ਭਾਵ ਕਿ ਭਾਗ 9A ਦੀ। ਇਹਦੇ ਵਿੱਚ ਨਗਰਪਾਲਿਕਾਵਾਂ ਆ ਜਾਂਦੀਆਂ ਨੇ, ਇਹਦੇ ਆਰਟੀਕਲ ਨੇ 243P ਤੋਂ ਲੈ ਕੇ 243ZG ਦੇ ਤੱਕ। ਨੈਕਸਟ ਆਪਾਂ ਗੱਲ ਕਰਦੇ ਹਾਂਗੇ ਭਾਗ 10 ਦੀ। ਇਹਦੇ ਵਿੱਚ ਅਨੁਸੂਚਿਤ ਅਤੇ ਕਬੀਲਾ ਖੇਤਰ ਦੇ ਨਾਲ ਰਿਲੇਟਡ ਜੋ ਕਿ ਉਹਨਾਂ ਨੂੰ ਅਧਿਕਾਰ ਮਿਲੇ ਹੋਏ ਹੈਗੇ ਉਹ ਆ ਜਾਂਦੇ ਨੇ। ਇਹਦਾ ਆਰਟੀਕਲ ਹੈਗਾ 244 ਤੋਂ ਲੈ ਕੇ 244A ਦੇ ਤੱਕ। ਨੈਕਸਟ ਨੈਕਸਟ ਆਪਣਾ ਆਉਂਦਾ ਹੈਗਾ ਭਾਗ 11। ਭਾਗ 11 ਦੇ ਵਿੱਚ ਕੇਂਦਰ ਅਤੇ ਰਾਜਾਂ ਵਿਚਕਾਰ ਸੰਬੰਧ ਜੋ ਕਿ ਸਥਾਪਿਤ ਹੋਇਆ ਹੋਇਆ ਉਹਨਾਂ ਦੀਆਂ ਜੋ ਸ਼ਕਤੀਆਂ ਨੇ ਉਹਨਾਂ ਦੇ ਬਾਰੇ ਦਰਸਾਇਆ ਹੋਇਆ ਹੈਗਾ। ਇਹਦੇ ਆਰਟੀਕਲ ਆ ਜਾਂਦੇ ਨੇ 245 ਤੋਂ ਲੈ ਕੇ 263 ਦੇ ਤੱਕ। ਨੈਕਸਟ ਆਪਾਂ ਗੱਲ ਕਰਾਂਗੇ ਭਾਗ 14A ਦੇ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਇਹਦੇ ਵਿੱਚ ਕੀ ਆ ਜਾਂਦਾ ਹੈਗਾ ਟ੍ਰਿਬਿਊਨਲ। ਟ੍ਰਿਬਿਊਨਲ ਕੀ ਹੁੰਦਾ ਹੈਗਾ? ਟ੍ਰਿਬਿਊਨਲ ਦਾ ਭਾਵ ਹੁੰਦਾ ਜਿਵੇਂ ਕੋਈ ਨਵਾਂ ਕਾਨੂੰਨ ਲੈ ਕੇ ਆਉਣਾ ਜੋ ਅਦਾਲਤ ਦੇ ਦੁਆਰਾ ਕੱਢਿਆ ਜਾਂਦਾ ਹੈਗਾ। ਇਹਦੇ ਆਰਟੀਕਲ ਆ ਜਾਂਦੇ ਨੇ 323A ਤੋਂ ਲੈ ਕੇ 323B ਤੱਕ। ਨੈਕਸਟ ਗੱਲ ਕਰਾਂਗੇ ਭਾਗ 15 ਦੀ। ਇਹਦੇ ਵਿੱਚ ਚੋਣਾਂ ਆ ਜਾਂਦੀਆਂ, ਜੋ ਕਿ ਚੋਣਾਂ ਹੁੰਦੀਆਂ ਨੇ ਆਪਣੇ, ਆਰਟੀਕਲ ਕਿਹੜੇ ਕਿਹੜੇ ਨੇ? 234 ਤੋਂ ਲੈ ਕੇ 329 ਤੱਕ। ਨੈਕਸਟ ਗੱਲ ਕਰਾਂਗੇ ਭਾਗ 17 ਦੀ। ਇਹਦੇ ਵਿੱਚ ਕੀ ਆਉਂਦੇ ਨੇ? ਸਰਕਾਰੀ ਭਾਸ਼ਾਵਾਂ ਆ ਜਾਂਦੀਆਂ ਨੇ, ਆਰਟੀਕਲ ਕਿਹੜੇ ਕਿਹੜੇ ਨੇ? 343 ਤੋਂ ਲੈ ਕੇ 351 ਤੱਕ। ਜੋ ਵੀ ਆਪਣੀਆਂ ਰਾਜ ਦੀਆਂ ਸਰਕਾਰੀ ਭਾਸ਼ਾਵਾਂ ਨੇ ਉਹ ਇਸਦੇ ਵਿੱਚ ਦਰਜ ਹੁੰਦੀਆਂ ਨੇ। ਨੈਕਸਟ ਗੱਲ ਕਰਦੇ ਹਾਂ ਆਪਾਂ ਭਾਗ 18 ਦੀ। ਇਹਦੇ ਵਿੱਚ ਆ ਜਾਂਦਾ ਹੈਗਾ ਸੰਕਟਕਾਲੀਨ ਪ੍ਰਬੰਧ ਭਾਵ ਕਿ ਐਮਰਜੈਂਸੀ। ਇਹਦੇ ਕਿਹੜੇ ਕਿਹੜੇ ਨੇ? ਆਰਟੀਕਲ 352 ਲੈ ਕੇ 360 ਤੱਕ। ਨੈਕਸਟ ਆਪਾਂ ਗੱਲ ਕਰਾਂਗੇ ਭਾਗ 20 ਦੀ। ਇਹਦੇ ਵਿੱਚ ਆ ਜਾਂਦੀਆਂ ਨੇ ਸੰਵਿਧਾਨ ਦੀਆਂ ਸੋਧਾਂ, ਜੋ ਕਿ ਸੋਧਾਂ ਹੁੰਦੀਆਂ ਨੇ, ਅਮੈਂਡਮੈਂਟ ਹੁੰਦੀਆਂ ਨੇ, ਇਹ ਆਰਟੀਕਲ 368 ਦੇ ਤਹਿਤ ਹੁੰਦੀਆਂ ਨੇ। ਤਾਂ ਇਹ ਸੀਗੇ ਅੱਜ ਦੇ ਆਪਣੇ ਜੋ ਭਾਗ ਨੇ, ਭਾਰਤੀ ਸੰਵਿਧਾਨ ਦੇ ਜੋ ਅੰਗ ਨੇ ਆਪਣੇ। ਆਪਾਂ ਇਸ ਕਾਲ ਦੇ ਵਿੱਚ ਉਹੀ ਕੁਐਸਚਨ ਕਰੇ ਹੈਗੇ ਜੋ ਆਪਣੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਸੀਗੇ, ਜੋ ਕਿ ਹਰ ਵਾਰ ਰਿਪੀਟ ਹੁੰਦੇ ਨੇ। ਇਸ ਕਰਕੇ ਜੋ ਇਹ ਕਲਾਸ ਹੈਗੀ ਤੁਸੀਂ ਬਹੁਤ ਚੰਗੀ ਤਰ੍ਹਾਂ ਜ਼ਰੂਰ ਸੁਣਨੀ ਹੈਗੀ। ਇਸ ਕਲਾਸ ਦੇ ਜੇਕਰ ਨੋਟਸ ਲੈਣੇ ਆ ਤੁਸੀਂ ਫ੍ਰੀ ਮਿਲ ਜਾਣਗੇ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਪਰ। ਟੈਲੀਗ੍ਰਾਮ ਚੈਨਲ ਦਾ ਲਿੰਕ ਤੁਸੀਂ ਸਾਡੀ ਕਲਾਸ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇਖ ਸਕਦੇ ਹੋਗੇ। ਉੱਥੇ ਜਾ ਕੇ ਤੁਸੀਂ ਇਹ ਸਾਡਾ ਚੈਨਲ ਜੁਆਇਨ ਕਰ ਸਕਦੇ ਹੋਗੇ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਅਤੇ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ, ਅਤੇ ਕਮੈਂਟ ਦੇ ਵਿੱਚ ਦੱਸਣਾ ਜੋ ਕਿ ਤੁਹਾਨੂੰ ਪੁੱਛਿਆ ਸੀਗਾ ਵੀ ਆਰਟੀਕਲ ਕਿਹਦੇ 'ਚ ਗਿਆ ਹੁਣ ਇਹ 238, ਅਤੇ ਇਹ ਡਿਲੀਟ ਹੋ ਚੁੱਕਿਆ ਕਿਹੜੀ ਅਮੈਂਡਮੈਂਟ ਦੇ ਰਾਹੀਂ, ਭਾਗ 7 ਹੁਣ ਇਹ ਕਿਸੇ ਹੋਰ ਭਾਗ ਦੇ ਵਿੱਚ ਚਲਾ ਗਿਆ ਹੈਗਾ। ਤਾਂ ਇਹ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਹੈਗਾ। ਮਿਲਦੇ ਹਾਂ ਜੀ ਅਗਲੀ ਕਲਾਸ ਦੇ ਵਿੱਚ, ਤਦ ਤੱਕ ਲਈ ਧੰਨਵਾਦ।